ਸਤਿ ਸ਼੍ਰੀ ਅਕਾਲ ਜੀ, ਮੈਂ ਅਮਰੀਕ ਸਿੰਘ। ਅੱਜ ਮੈਂ ਬਾਪੂ ਨਾਲ ਦੂਜੀ ਵੀਡੀਓ ਲੈ ਕੇ ਆਇਆ। ਬਾਪੂ ਗੁਰਦਿਆਲ ਸਿੰਘ, ਪਿੰਡ ਜਖੇਪਲ। ਬਾਪੂ ਜੀ ਸੁਣਾਓ, ਵੀਹ ਵਾਲੀ ਸੁਣਾ। ਬਾਪੂ ਵੀਹ ਵਾਲੀ ਸੁਣਾ ਦਿਓ। ਇੱਕ ਰਾਣੀ ਕਹਿੰਦੀ ਮੈਂ ਉਹਦੇ ਨਾਲ ਵਿਆਹ ਕਰਾਉਂ ਜਿਹੜਾ 20 ਗਿਣੂੰਗਾ। ਅੱਛਾ ਜੀ। ਉਹ ਤੇਰੇ ਮੇਰੇ ਵਰਗੇ ਵਾਜੇ ਕਰਨਾ ਗਿਣਦਾ। ਮੈਂ ਕਿਹਾ ਇੱਕ ਦੋ ਚਾਰ ਕਰਾਇਆ ਕਰੇ, ਉਹ ਫਰਕ ਜੀ ਚੇ ਕਰੇ। ਅੱਛਾ ਜੀ। ਜੀਆਂ ਭਰਤੀਆਂ। ਅੱਛਾ ਜੀ। ਫਿਰ ਇੱਕ ਹੋਰ ਰਾਜਾ ਰਸਾਲੂ ਆਉਂਦਾ ਸੀ, ਕਹਿੰਦਾ ਕਿਤੇ ਮੂੰਹ ਚੱਕਿਆ ਓਏ ਗੰਜਾਂ ਜਾਲੀਆਂ ਦੇ ਜਿੜਚਾਰਦਾ ਸੀ। ਅੱਛਾ ਜੀ। ਕਹਿੰਦਾ ਸੀ ਜਿੜਚਾਰਨ ਵਾਲਾ, ਕਿਹਾ ਮੈਂ ਰਾਜਾ ਰਸਾਲੂ ਹਾਂ। ਕਹਿੰਦੇ ਕਿਤੇ ਜਾਂਦਾ, ਕਹਿੰਦਾ ਰਾਣੀ ਪਿਆ ਕਰੇਗਾ, ਤੂੰ ਵਿਆਹ ਲੇਗਾ। ਅੱਛਾ ਜੀ। ਕਹਿੰਦਾ ਹਾਂ। ਕਹਿੰਦਾ ਜਾਣਾ ਇੱਕ ਦੋ ਚਾਰ, ਕਹਿੰਦਾ ਜਾਣ ਸਰ ਅੰਦਰ ਹੋ ਜਾਏਗਾ। ਮੈਂ ਜਨਮਾਂ ਮੈਂ ਵਿਆਹ ਕੇ ਤੈਨੂੰ ਚੱਲ। ਜਵਾਕੀ ਕਹਿੰਦੀ ਮੁੜ ਜਾਓ, ਕਹਿੰਦੀ ਜਿਹੜਾ ਭਰੀਆਂ ਪਈਆਂ ਨੇ 20 ਗਿਣਾ। ਕਹਿੰਦਾ ਗਿਣੋ ਫਿਰ। ਕਹਿੰਦਾ ਗਿਣਾ। ਕਹਿੰਦਾ ਗਿਣਾ। ਇੱਕ ਕਹਾਂ ਇੱਕ ਓਂਕਾਰ, ਦੋ ਕਹਾਂ ਧਰਤੀ ਸਮਾਨ, ਤਿੰਨ ਕਹਾਂ ਤਿੰਨ ਬੰਦੇ ਕੌਲ ਨੇ, ਚਾਰ ਵੇ ਤੂੰ ਜਾਣ, ਪੰਜ ਕਹਾਂ ਪੰਜੇ ਪੜਨਵਾਂ ਸ਼ੀਮਾ ਨਾਰਾਇਣ ਹੁਣ ਜਾਣ, ਸੱਤ ਕਹਾਂ ਸੱਤੇ ਦੇਵੀਆਂ, ਅੱਠ ਬਾਰ ਤੂੰ ਜਾਣ, ਨੌ ਕਹਾਂ ਨੌ ਨਰਾਤੀ, ਦਸ ਬਸ ਸਹਿਰਾ ਜਾਣ, ਗਿਆਰਾਂ ਦਿਨਾਂ ਦੀ ਕਾਰ ਸੀ ਬਸ ਰੱਖਦੇ ਬਰਤਹਾਰ, ਬਾਰਾਂ ਕਹਾਂ ਬਾਰਾਂ ਮਹੀਨੇ ਸਾਲ ਦੀ, ਤੇਰਵਾਂ ਮਹੀਨਾ ਲਾਉਣ ਦਾ ਜਾਣ, ਚੌਦਾਂ ਕਹਾਂ ਚੌਦਾਂ ਵਿੱਦਿਆ ਨਦਾਨ, ਪੰਦਰਾਂ ਕਹਾਂ ਪੰਦਰਾਂ ਸਰਾਧ ਨੇ, ਸੋਲ੍ਹਾਂ ਕਲਾਸ ਪੂਰੋਂ ਜਾਣ, ਸਤਾਰਾਂ ਕਹਾਂ ਪੰਦਰੀ ਸਤਾਰਵੀਂ, ਅਠਾਰਾਂ ਦਿਨ ਅਠਾਰਾਂ ਤੂੰ ਜਾਣ, ਉੱਨੀ ਕਹਾਂ ਉੱਨੀ ਤੂੰ ਆਏ, ਵੀਹ ਗਿਣੇ ਵਾਲੀ ਜਾਣ। ਵੀ ਮੈਂ ਕਹਿੰਦਾ ਮੈਂ ਜੀ ਕਹਿੰਦਾ 20 ਗਿਣੀਆਂ ਗੰਜੇ ਚਾਲੀ ਜਾਣਾ। ਅੱਛਾ ਜੀ। ਗੰਜੇ ਚਾਲੀ ਜਾਣਾ, ਬਹੁਤ ਸਾਰੀ ਗੱਲ ਹੈ। ਇਹਦਾ ਵਧੀਆ। ਇੱਕ ਹੋਰ ਸੁਣਾਓ, ਕੋਈ ਉੱਠਦੇ ਕਰਦੇ ਵਗੈਰਾ? ਬੋਤੇ ਚੜੀ ਲਈ ਜਾਂਦਾ ਸੀਗਾ, ਕੁੜੀਆਂ ਖੜੀਆਂ ਉੱਥੇ ਖੜਕੇ ਹੱਥ ਬਰਾਂ ਕਰਕੇ ਅੱਗੇ ਬੋਤੇ 'ਤੇ ਚੜ੍ਹਦੀ ਹੈ ਮੁਹਾਰ ਫਿਰਦੇ ਸਾਰਾ ਕੀ ਲੱਗਦਾ। ਇਹਦੇ ਨਾਲ ਤਾਂ ਮੈਂ ਨੌ ਨਹੀਂ ਜਾਣਦੀ, ਮੇਰੇ ਨਵਾਂ ਜੀਆਂ, ਇਹਦੀ ਸੱਸ ਅਤੇ ਮੇਰੀ ਸੱਸ, ਦੋਨੇ ਮਾਵਾਂ ਧੀਆਂ। ਠੀਕ ਹੈ। ਹੋਰ ਹੈ ਕੁਛ ਜਾਣ? ਇੱਕ ਕਹਿੰਦਾ ਲੰਮੀ, ਬਹੁਤ ਲੰਮੀ ਆ ਉਹ, ਤੁਸੀਂ ਮਾਲਾ ਵਾਲੀ ਦੱਸੋ। ਮਾਲਾ ਜਿਹੜੀ ਮਾਲਾ ਫੇਰਦੇ ਦੁਨੀਆਂ, ਲੰਮੀ ਕਿਹੜੀ ਹੈ ਜੀ? ਲੰਮੀ ਸੁਣਾ ਦਿਓ। ਜਿਹੜੀ ਤੁਸੀਂ ਮਾਲਾ ਫੇਰਦੇ ਹੋ, ਕਹਿੰਦੇ ਮਾਲਾ ਫੇਰਨੀ ਹੈ ਕਿ ਬਹੁਤ ਔਖੀ ਹੈ ਗੁਰੂ ਮਹਾਰਾਜ ਦਾ ਨਾਮ ਜਪਣਾ, ਉਹ ਮਾਲਾ ਕਿਹੜੇ ਨਾਮ ਕਿਵੇਂ ਜਪੀਂਦਾ ਉਹ ਸ਼ਬਦ ਬਹੁਤ ਦੱਸਿਓ। ਇਹ ਪਹਿਲੀ ਪੌੜੀ ਆ ਜਪੁ ਸਾਹਿਬ ਦੀ, ਦੂਜੀ ਦੋ ਪੌੜੀਆਂ ਨੇ। ਅੱਛਾ। ਇਹ ਆ ਨਾਲੇ ਕਹਿੰਦੇ ਮਾਲਾ ਬਾਰੇ ਵਿੱਚ ਪੁੱਛਣ ਲੱਗ ਜੇ ਵੀ ਮਾਲਾ ਕਿਉਂ ਫੇਰਦਾ, ਮਾਲਾ ਦਾ ਕੀ ਨਾਂ ਹੈ? ਹਾਂ ਪੁੱਛ ਲਾ ਕਿੰਨੀ ਔਖੀ ਆ। ਹਾਂ ਉਹ ਪੁੱਛਣੀ ਹੈ ਮਾਲਾ ਸਾਹਿਬ ਦਾ। ਅੱਛਾ ਜੀ। ਮੈਂ ਪੁੱਛਿਆ ਸਾਡੇ ਦੇ ਜੋਗੀ ਸੀਗਾ, ਮਾਲਾ ਪਾਈ ਸੀ, ਬੰਦੇ ਬਹੁਤ ਬੈਠੇ ਸੀ। ਮੈਂ ਕਿਹਾ ਭਾਈ ਮਾਲਾ ਪਾਈ ਹੈ? ਕਹਿੰਦਾ ਪਾਈ ਆ। ਮੈਂ ਸਬਜ਼ ਦਾ, ਸਬਜ਼ ਦਾ ਕੀ ਹੁੰਦਾ? ਅੱਛਾ ਹੁੰਦਾ। ਕਹਿੰਦਾ ਉਹ ਮੈਨੂੰ ਮੈਂ ਦੱਸਿਆ ਇੱਕ ਬੰਦੇ ਨੂੰ, ਉਹ ਨਿੰਗ ਬਣਿਆ ਹੋਇਆ ਉਹਦਾ ਭੋਲਾ ਦਾ ਬਾਹਮਣ ਦਾ ਕੀ। ਅੱਛਾ। ਕਹਿ ਹਾਂ ਮੈਂ ਆਏਗਾ ਭਾਈ। ਕਹਿੰਦਾ ਕਹਿ ਦੱਸ ਮਾਲਾ ਮਾਰੀ ਮੀਨਕ ਬਣੂਆ, ਤਾਗੇ ਸੁਰਤ ਫਰੋ, ਸੁਰਤੀ ਗੁਰੂ ਚਰਨਾਂ ਵਿੱਚ ਲਾ, ਸਹਿਜੇ ਦਰਸ਼ਨ ਹੋ, ਮਨੂ ਬਣਾਵੇ ਬਲੀ ਘੁਆਵੇ, ਵਿਣ ਮੂੰਹ ਨੂੰ ਉਹਨੇ ਚੁਕਦਾ ਪਾਵੇ, ਕਾਠ ਬੂਟ ਅੱਗੇ ਧਰਿਆ ਫਿਰ ਗੁਰੂ ਕਾ ਦਰਸ਼ਨ ਕਰਿਆ, ਬਿਰਲਾ ਬਿਰਲਾ ਸਿੱਖ ਮੂੰਡ ਬਣਾਵੇ, ਬਿਰਲਾ ਸ਼ਬਦ ਮਾਲਾ ਕਾ ਬਣਾਵੇ। ਇਹ ਚੀਜ਼ ਮੇਨ ਗੱਲ ਹੈ, ਇਹਦੇ ਨਾਲ ਹੀ ਪਤਾ ਲੱਗ। ਕੋਈ ਇਹੋ ਜਿਹਾ ਤੁਹਾਡੇ ਕੋਈ ਸ਼ਬਦ ਹੋਰ ਯਾਦ ਹੋਵੇ ਜਿਹੜਾ ਗੁਰੂ ਦੀ ਨਿਸ਼ਾਨੇ ਤੱਕ ਜਾਵੇ, ਜਿਹੜਾ ਗੁਰੂ ਪਾਉਣਾ ਹੈ, ਗੁਰੂ 'ਤੇ ਹੋਣਾ ਹੈ ਵੀ ਗੁਰੂ ਨੇ ਗਿਆਨ ਦਿੱਤਾ, ਉਹ ਗਿਆਨ ਨੂੰ ਉਪਦੇਸ਼ ਕਰਨਾ ਹੈ, ਉਹ ਕਿਵੇਂ ਗੁਰੂ ਨੂੰ ਪਾਇਆ ਜਾਊਗਾ, ਕਦੋਂ ਕਿਵੇਂ ਬੈਠਣਾ, ਕਿਵੇਂ ਉੱਠਣਾ? ਚਰਨੋਂ ਮੇਰੇ ਉਹ ਭੇਜੇ ਗੁਰੂ ਪੂਰਨ ਨੇ, ਤੀਸ ਜਮਨ ਨਾ ਮੰਨੂ, ਪੇਟ ਲਾਇਆ ਗੁਰੂ ਜੀ ਨੇ ਸਦਾ ਹੀ ਹੱਕ ਹਲਾ ਦਿਖਾ ਬਣੇ ਨੂੰ, ਹੱਥੋਂ ਮੇਰੇ ਪੁੰਨ 'ਤੇ ਦਾਨ ਕਰ ਲਓ, ਗੁਰੂ ਜੀ ਭੇਜਿਆ ਦਾਨ ਕਰਾਮਣੇ ਨੂੰ,
ਜੀਵਾ ਮੇਰੇ ਭਠਾਈ ਗੁਰੂ ਪੂਰ ਨੇ ਭਜਨ ਸੱਚਤਾ ਕਰਨੇ ਨੂੰ, ਕੰਨੂ ਮੇਰੇ ਭਠਾਈ ਗੁਰੂ ਪੂਰ ਨੇ ਭਜਨ ਸੱਚਾ ਸੁਣਨੇ ਨੂੰ, ਨੇਤਰ ਮੇਰੇ ਭਠਾਈ ਗੁਰੂ ਪੂਰ ਨੇ ਰੂਪ ਤੋਂ ਸਰੂਪ ਕੰਮ ਨੂੰ, ਨੂਰ ਤੋਂ ਨੂਰ ਮਿਲਾਇਆ ਮੇਰਾ ਸਤਿਗੁਰ ਪੂਰ ਆਇਆ, ਵਿਛੜੀ ਰੂਹ ਨੂੰ ਮਿਲਾਇਆ ਨਾ ਦਸਵੇਂ ਦੁਆਰ ਦਾ ਦਰਸ਼ਨ ਕਰਾਇਆ। ਵੈਰੀ ਗੁੱਡ। ਜਿਹੜੀ ਤੁਸੀਂ ਕਹਿੰਦੇ ਲੰਬੀ ਇੱਕ ਲੰਬੀ, ਉਹ ਕਿਹੜੀ ਸੀ? ਉਹ ਤਾਂ ਐਂ ਸੀ, ਹਾਂਜੀ, ਰਾਜਾ ਸ਼ਿਕਾਰ ਜਦ ਆਉਂਦਾ ਅਤੇ ਵਿਆਹ ਮਾਤਾ ਬੈਠੀ ਉੱਥੇ, ਕਹਿੰਦੇ ਬੁੜੀਏ ਸੂਰੀ ਕਰਦੀ ਬੈਠੀ ਰੋਈ 'ਚ, ਕਹਿੰਦੀ ਮਾਤਾ ਪੁੱਤ ਸੰਯੋਗ ਲਿਖਦੀ ਆ, ਕਹਿੰਦੀ ਕਿਵੇਂ? ਮੇਰੇ ਸੰਯੋਗ ਕਿਹਦੇ ਨਾਲ ਨੇ? ਕਹਿੰਦੇ ਤੇਰੇ ਸੰਯੋਗ ਤੇਰੀ ਭੈਣ ਨਾਲ ਨੇ, ਤਿੰਨੇ ਕੁੜੀ ਰਾਜੇ ਦੇ, ਉਹਨੇ ਤਿੰਨੇ ਮਾਰਤੀਆਂ। ਅੱਛਾ ਜੀ। ਮਾਰੀਆਂ ਹੋਈਆਂ ਕੁੜੀ ਫਿਰ ਹੋਈ, ਉਹਨੂੰ ਲੱਗਿਆ ਮਾਰਨ, ਕਹਿੰਦੀ ਪੁੱਤ ਮਾਰਨਾ ਇਹਨੂੰ, ਇੱਕ ਬੰਦਾ ਮਾਰੇਦਾ ਸੌ ਗੁਣੀ ਜਗੀ ਨਾ ਪਾਪਾ। ਅੱਛਾ ਜੀ। ਲੱਕੜੀ ਦੀ ਪੇਟੀ ਲੈ ਕੇ ਸਮੁੰਦਰ ਛੱਡਦੇ, ਆਪਣੇ ਜਾਨਵਰ ਖਾ ਜਾਣੇ ਮਾਰ ਦੇਣਗੇ। ਅੱਗੇ ਚੰਗਾ, ਹੁਣ ਲੱਕੜੀ ਪੇਟੀ ਲੈ ਕੇ ਤੋਂ ਬਾਅਦ ਧਰ ਕੇ ਕੱਪੜੇ ਪਾ ਕੇ ਬਚਪਨ ਰਹਿ ਗਏ ਸੀ, ਕਾਚੂ ਢਿੱਡੀ 'ਚ ਮਾਰਿਆ, ਤਾਜ਼ੇ ਜਵਾਕ ਦੇ ਮਾਇਆ ਦਾ ਕੱਟਰੂਗਾ ਡੱਕ ਉਹਦੇ ਮਿਲ ਜਾਂਦਾ ਤਾ, ਕੁਝ ਖੂਨ ਨਹੀਂ ਹੁੰਦਾ ਤਾ, ਐਂ ਮਾਰਿਆ ਹੋਇਆ ਜਖਮਰ ਮਿਲ ਗਿਆ, ਸਮੁੰਦਰ ਚੜ੍ਹਦੀ ਛੰਡੀ ਸਮੁੰਦਰ 'ਚ ਗਾਂ ਧੋਬੀ ਕੱਪੜੇ ਧੋਣੇ ਦੇ, ਕਹਿੰਦੇ ਉਹ ਹਨ ਕੀ ਆ ਰਿਹਾ, ਕਿ ਹਾਂ ਧੋਬੀ ਤੇਰੂ ਸੀਗਾ, ਤਰਕੇ ਜਾ ਕੇ ਪੇਟੀ ਉਹਦੀ ਵਾਰ ਖਿੱਚ ਲਈ, ਗਾਂ ਧੋਬੇ ਲਾਜ਼ਮੀ ਸੀ, ਖੋਲ੍ਹਿਆ ਕੁੜੀ ਉੱਠਾ ਚੁੱਕ ਆਉਂਦਾ, ਛੱਡ ਪਰਾ ਕੱਪੜੇ ਰੋਜ਼ ਧੋਨੇ ਹਾਂ, ਮਹਾਰਾਜ ਨੇ ਆਪਣੀ ਲਾਸ਼ ਦੇਤੀ, ਚੱਲ ਚੱਲੀਏ, ਕੱਪੜੇ ਗਿੱਲੇ ਸੁੱਕੇ ਲੈ ਕੇ ਘਰ ਆ ਗਏ, ਲੈ ਕੇ ਬੱਕਰੀ ਦੁੱਧ ਲੈ ਕੇ ਭਾਈ ਦੁੱਧ ਗਾਉਣ ਲੱਗੇ ਪਾਲਣ ਲੱਗ ਗਏ, ਉਹ ਤਾਂ ਕੁੜੀ ਹੋ ਗਏ, ਉਹ ਤਾਂ ਕੱਪੜੇ ਸਾਬਣ ਛੱਡਦਾ, ਉਹਦੇ ਤਾਂ ਕੁੜੀ ਪਾਲ ਲਈ, ਕੁੜੀ ਭਾਈ ਨੌਜਵਾਨ ਹੋ ਗਈ, ਖੁਦ ਪਾਣੀ ਭਰੀ ਜਾਂਦੇ ਨੇ। ਅੱਛਾ ਜੀ। ਉਹ ਰਾਜੇ ਦਾ ਮੁੰਡਾ ਆ ਰਿਹਾ, ਤਾਂ ਪਾਣੀ ਪੀ ਕੇ ਜਾਂਦੇ, ਹੁਣ ਦੇਖਿਆ ਕੁੜੀ ਨੂੰ ਐਡੀ ਗਰਦਨ ਸੋਹਣੀ ਸੁਨੱਕੀ, ਮਨ ਨੂੰ ਭਾਵੇ, ਕਹਿੰਦਾ ਕੁੜੀ ਦਾ ਵਿਆਹ ਕਰਾਉਣਾ ਮੈਂ, ਕਹਿੰਦਾ ਭਾਈ ਕੁੜੀ ਕਿਹਦੀ ਆ? ਇੱਕ ਧੋਬੀ ਆਉਂਦੀ ਆ, ਕਹਿੰਦੇ ਦੇਖੀ ਕਿਸੇ ਨੇ? ਐਡੀ ਜਵਾਕ ਨੂੰ ਛੋਟੇ ਜਿਹੇ ਲੈ ਉਹਨੂੰ ਉਹਨੂੰ ਕੀ ਪਤਾ, ਉਹਨੂੰ ਕੀ ਪਤਾ ਵੀ ਧੋਬੀ ਵਾਲਾ ਕੀ ਜਾ ਇਹ, ਤੁਹਾਡਾ ਕੁੜੀ ਮਿਲ ਸੀ ਰੁਪਈ, ਰਾਜਾ ਮੋਟਰ ਪਿਆ, ਚਲੋ ਸਾਰੀਆਂ ਧੂਬੀ ਖੜਾ ਹੋ ਗਿਆ, ਕਹਿੰਦਾ ਕੁੜੀ ਜਿਹੜਾ ਚੜ ਰਿਹਾ ਤਾ, ਕਹਿੰਦਾ ਰਾਜਾ ਸਾਡੇ ਘੜੀ ਗਈ ਮਤਲਬ ਤੈਨੂੰ ਗਰੀਬਾਂ ਸਾਈਂ, ਕਹਿੰਦਾ ਕੁੜੀ ਤੁਸੀਂ ਵਿਆਹੀ ਆ ਕਿਸੇ ਮੰਗੀ ਆ? ਕਹਿੰਦਾ ਜੀ ਅਸੀਂ ਗਰੀਬ ਬੰਦੇ ਹਾਂ, ਕੋਈ ਪੈਸਾ ਜਗ੍ਹਾ ਨਹੀਂ, ਨਾ ਵਿਆਹੀ ਆ ਨਾ ਮੰਗੀ ਆ ਕਿਤੇ, ਕਹਿੰਦਾ ਰਿਸ਼ਤਾ ਮੈਨੂੰ ਦਿਖਦਾ, ਕਹਿੰਦਾ ਰਿਸ਼ਤਾ ਤੂੰ ਲੈ ਲਾ, ਕਹਿੰਦਾ ਸਾਡੇ ਪੈਸਾ 'ਚ ਕੋਈ ਛੋਟਾ ਇੱਕ ਪੈਸੇ ਲੱਗਣਾ ਹੁੰਦਾ, ਮੈਂ ਆਪੇ ਵਿਆਹੂ, ਵਿਆਹ ਕਿ ਜਾਊ ਆਪੇ ਪੈਸੇ ਲਊ, ਸਭ ਕੁਝ ਆਹ ਆਪ ਕਰੂਗਾ, ਮੈਨੂੰ ਸਾਡੇ ਇਹਦਾ ਰਿਸ਼ਤਾ ਦੇ ਦਿਓ, ਕਹਿ ਲੈ ਲਾ ਫਿਰ ਰਿਸ਼ਤਾ ਜਿੱਦਾਂ ਕੁੜੀ ਨੌਜਵਾਨ ਪੜ੍ਹੀ ਆਉਂਦੀ ਮੁਟਿਆਰ ਸੀ ਭਾਈ, ਜਦ ਜਾ ਕੇ ਪਤਾ ਲੈ ਕੇ ਜਾਣਾ ਆ ਗਿਆ, ਜਨ ਬਾਹਰ ਉੱਡਿਆ ਸੀ, ਸਾਰਾ ਰਸਤਾ ਕਰਤੀ ਕਿ ਤੂੰ ਬੇਦ ਕੁੜੀ ਦਾ ਵਿਆਹ, ਤੂੰ ਬੇਦ ਕੁੜੀ ਵਿਆਹ, ਫਿਰ ਰਾਜਾ ਪਿਓ ਨਾ ਗਏ, ਹੈਂ ਫਿਰ ਰਾਜਾ ਪਿਓ ਨਾ ਅੱਛਾ, ਇਹ ਧੋਬੀ ਨੇ ਉਹਨੂੰ ਧੋਬੇ ਦਾ ਇੱਕ ਪਾਸੇ ਰਗੜਤਾ, ਵਿਆਹ ਕੇ ਲੈ ਗਿਆ, ਵਿਆਹ ਕੇ ਲੱਗਿਆ ਹੋਇਆ ਦੁਨੀਆਦਾਰੀ ਕਰੀ, ਉਹਦੇ ਵੀ ਮੁੰਡਾ ਹੋ ਗਿਆ, ਮੁੰਡਾ ਜਦੋਂ ਹੋਇਆ ਹੋਇਆ ਉਹ ਲੜ ਪਿਆ ਉਹ ਜਵਾਕ, ਲੜਕਾ ਤਾਂ ਸਾਰਾ ਜਗ੍ਹਾ ਪਿਓ ਨਾ ਅੱਗੇ ਤੇਰਾ ਬਾਪ ਕਿਤੇ ਹੋਏ, ਉਹ ਬੁੜੀ ਕੋਲ ਵਗ ਗਿਆ, ਕਹਿੰਦੇ ਤੇਰੀ ਭੈਣ ਆ ਉਹ, ਮੈਂ ਬਹਿ ਕੇ ਲੈ ਗਿਆ, ਅੱਗੇ ਹੈ ਕਿਹਾ ਅੱਗੇ ਤਿਆਰ ਤੇਰੀ ਭੈਣ ਹੋਈ ਜੇ ਤੁਹਾਡੀ ਕਾਜੂ ਨਾਲ ਲਾਇਆ ਸੀ ਹੈ ਹੋਇਆ ਤੇਰੀ ਭੈਣ ਆ, ਮੈਨੂੰ ਮਰ ਜਾ ਕੇ ਹਾਂ ਬੈਠੀ ਉਰੇ, ਜਗ ਪਾਈ ਦੀ ਕੁੜਤੀ ਚੱਕੀ ਤਾਂ ਦੇਖਿਆ ਰਿਹਾ ਕਾਚੂ ਦਾ, ਕਹਿੰਦਾ ਗਲਤ ਕੰਮ ਗਲਤ ਹੋ ਗਿਆ, ਤੂੰ ਮੇਰੀ ਭੈਣ ਆ ਮੈਂ ਜਾਣਾ ਤਾਂ ਮੁੰਡੇ ਵਿਆਹ ਲਾ ਦਿਓ, ਅੱਛਾ ਉਹ ਛੱਡ ਕੇ ਆ ਗਿਆ, ਛੱਡ ਕੇ ਆਇਆ ਹੋਇਆ
ਕਦੋਂ ਭਾਈ ਮੁੰਡਾ ਗੱਭਰੂ ਹੋ ਗਿਆ, ਕਹਿੰਦਾ ਵੀ ਤੇਰਾ ਬਾਪ ਹੋਏ, ਪੁੱਛਣ ਲੱਗਾ ਜੀ ਮਾਂ ਨੂੰ, ਕਹਿੰਦੀ ਉੱਥੇ ਗਿਆ ਵਿੱਚ, ਕਹਿੰਦਾ ਦੱਸ ਦੇ ਨਹੀਂ ਮੁਕਾਲ ਵੱਢੂੰਗਾ, ਕਹਿੰਦੀ ਐਂ ਕਰ ਗਾਹ ਲਗਾ ਲਓ ਗਈ ਅੱਗੇ ਅੱਛਾ ਗਿਆ। ਹੁਣ ਪੰਡਤ ਇਕੱਠੇ ਕਰੇ, ਪੰਡਤ ਇਕੱਠੇ ਕਰੇ ਹੋਏ, ਕਹਿੰਦੇ ਮੈਂ ਕਦੇ ਬਾਲ ਨੂੰ ਭਾਲ ਜਾਣਾ, ਕਹਿੰਦੇ ਦੇਖੋ ਮੈਨੂੰ ਕਹਿੰਦਾ ਕਰ ਸੂਣ ਵਾਲੀ ਪੋਤੀ ਲੈ ਲਾ, ਉਹ ਢਿੱਡ ਪਾੜ ਕੇ ਪਸਾਰੂ ਕੱਢ ਲਾ, ਜਿਉਂਦਾ ਉਹ ਸੇਵਾ ਕਰਕੇ ਵੱਡਾ ਕਰਕੇ ਜਿਹੜੀ ਪੋਤੀ ਖਾ ਲਾ ਉਹਦੀ ਕਾਠੀ ਬਣਾਉਣੀ, ਚੜ ਕੇ ਉਹਦਾ ਫਿਰ ਜਾਈ ਛੇ ਵਜੇ ਨੂੰ ਆਈ। ਚੰਗਾ ਉਹਨੇ ਭਾਈ ਪੋਤੀ ਲੈ ਕੇ ਸੂਣ ਵਾਲੀ ਢਿੱਡ ਪਾੜ ਕੇ ਪਸਾਰੂ ਕੱਢ ਕੇ ਪਾਲ ਲਿਆ, ਛੇ ਮਹੀਨਾ ਦਾ ਕਰਕੇ ਕੋਈ ਕਿਹੜੀ ਖਾ ਲਈ ਉਹਦੀ ਕਾਠੀ ਬਣਾਉਣੀ, ਛੇ ਵਜੇ ਨੂੰ ਵਗ ਜਾਈ ਵਗ ਗਿਆ। ਜਨ ਚੜਿਆ ਤੀਆਂ ਲੱਗੀਆਂ ਮੂਹਰੇ, ਕੁੜੀਆਂ ਨੇ ਘੇਰ ਲਿਆ, ਅੱਜ ਸਾਡੇ ਘਰੇ ਰਹੀ, ਅੱਜ ਸਾਡੇ ਘਰੇ ਰਹੀ, ਕਹਿੰਦਾ ਰਹਿ ਜਾਓ ਮੇਰਾ ਸਵਾਲ ਹੈ ਕਪੂਰਵਾ ਕਰਦੇ ਦੱਸ, ਕਹਿੰਦਾ ਅਣ ਜੰਮੇ ਕਰਦੇ ਮੈਂ ਚੜਿਆ ਉੱਤੇ ਕਰੇ ਦੀ ਮਾਈ, ਬਾਪ ਮੇਰੇ ਨੂੰ ਭਾਣ ਲਾਇਆ, ਮਾਂ ਮੇਰੀ ਦਾ ਭਾਈ। ਅੱਛਾ ਕੀ ਨਾਮ ਗੱਲ ਹੈ ਸਾਡੇ ਕੋਲ, ਇਹ ਵੀਡੀਓ ਦਾ ਪਾਣੀ ਪਾਉਂਦਾ, ਇਹ ਨਹੀਂ ਆਉਂਦਾ ਪਿੰਡ ਵਾਲਾ ਜਾਂਦਾ ਵਗ ਗਿਆ। ਇੱਕ ਰਾਣੀ ਦਾ ਬਾਗ ਸੀਗਾ, ਸੱਠ ਕੁੜੇ ਜਾ ਕੇ ਰਾਣੀ ਰੋਜ਼ ਬਾਗ 'ਚ ਆਉਂਦੀ, ਬਾਗ ਦੇ ਮਗਰੇ ਪਾਸ ਟੋਆ ਸੀਗਾ, ਉਹਦੇ 'ਚ ਵੱਧ ਮਾਰਿਆ ਪਿਆ ਸੀ। ਜਿਹੜੀ ਗੱਲ ਕਹੀ ਆ ਤੁਸੀਂ ਹੁਣ, ਕੁੜੀਆਂ ਨੇ ਪੁੱਛਿਆ ਇਹਦਾ ਕੀ ਅੰਤਰ ਹੈ, ਜਿਹੜੀਆਂ ਕੁੜੀਆਂ ਨੇ ਪੁੱਛਿਆ ਤੁਸੀਂ ਕਿਹਾ ਵੀ ਖੱਲ ਬਣਾਈ ਕਿ ਜਮਾਈ ਮੇਰੇ ਨੇ ਮੁੰਡੇ ਨੂੰ ਭਾਲਣ ਗਿਆ, ਉਹ ਕੀ ਕਿਹੜਾ ਸੰਦ ਹੈ, ਉਹ ਕੀ ਬਣਿਆ ਇਹ ਦਾਦੇ ਨੂੰ, ਹਾਂ ਇਹ ਦੱਸੋ, ਇਹਦਾ ਨਿਚੋੜ ਦਿਓ ਨਾ ਸਾਰਾ ਦੱਸੋ, ਸੁਣੀ ਗੱਲ ਹੈ। ਹਾਂ ਇਹ ਛੱਡਤਾ, ਉਹ ਜਾ ਕੇ ਬਾਗ 'ਚ ਪੋਤਾ ਬੰਨਤਾ, ਜਾਂ ਟੋਆ ਵਿੱਚ ਡੂੰਘਾ ਜਿਹਾ ਪੱਟਿਆ ਹੋਇਆ, ਉਹ 'ਚ ਵੱਧ ਮਰਿਆ ਪਿਆ ਸੀ, ਵੱਧ ਆਖੇ ਵਿੱਚ ਡੀਲਾ ਨਿਕਲ ਆਇਆ, ਤੜਕੇ ਉਹ ਤਬਕੇ ਡਿੱਗ ਜਾਣ ਮੋਤੀਆਂ ਵਾਂਗੂ ਆਏ। ਉਹ ਰਾਣੀ ਰੋਜ਼ ਆ ਕੇ ਦੇਖ ਕੇ ਆਉਂਦੀ, ਉਹ ਲਿਖ ਰਿਹਾ ਰਾਣੀ ਨੇ, ਕਹਿੰਦੀ ਅਣਜਮੇਂ ਅੱਖ ਪੁਰ ਕੱਖ ਕੱਖ ਪਾਣੀ, ਜਿਹੜਾ ਮੇਰੀ ਬਾਤ ਬੁੱਝੇ ਉਹ ਰਾਜਾ ਮੈਂ ਰਾਣੀ। ਅੱਛਾ ਉਹ ਜੋ ਗਿਆ ਜਾ ਕੇ ਦੇਖਿਆ ਨੀ, ਅੱਗੇ ਵੀ ਇਹ ਗੱਲ ਵੀ ਬਾਗ ਡੰਡੀ 'ਤੇ ਜਾ ਕੇ ਦੇਖਿਆ ਵੀ ਅੱਖ ਪੁਰਾ ਕੱਖ ਪਾਣੀ, ਜਿਹਨੇ ਵੱਧ ਜੋ ਰਾਜਾ ਮੈਂ ਰਾਣੀ, ਉਹ ਰਾਣੀ ਰੋਜ਼ ਦੇਖਦੀ ਸੀ, ਉਹਨੇ ਬੋਤਾ ਪਾਣੀ ਛੱਡ ਕੇ ਵੇਖਿਆ ਡੰਡੀ ਹੁਣ ਕਿੱਧਰ ਵੀ ਜਾਂਦੀ ਆ, ਤੁਰਿਆ ਗਿਆ ਤੜਕੇ ਦਾ ਟਾਈਮ ਵੀ ਸੂਰ ਚੜ੍ਹਦੇ ਦਾ ਡੀਲਾ ਰੱਖਦੇ ਨਿਕਲਿਆ ਆਏ ਧੁੱਪੇ ਡਿੱਗਦੇ ਨੇ। ਹਾਂ ਕਹਿੰਦਾ ਅੱਖ ਪੁਰ ਕੱਖ ਕੱਖ ਪਾਣੀ, ਜਿਹੜਾ ਕਿ ਮੇਰੀ ਬਾਤ ਵੱਜੇ ਕੋਈ ਰਾਜਾ ਉਹ ਰਾਜਾ ਮੈਂ ਰਾਣੀ, ਉਹ ਲਿਖ ਲਿਆ ਉਹਦਾ ਆ ਗਈ ਰਾਣੀ ਲੈ ਕੇ ਕੁੜੀਆਂ ਲੱਗੇ ਛੜੀਆਂ ਲੈ ਕੇ ਉਹਦੇ ਤਾਂ ਪੋਤਾ ਚੜ੍ਹਦਾ ਬਾਗ 'ਚ। ਅੱਛਾ ਕਹਿੰਦਾ ਛੱਡ ਮੇਰੀ ਗਲਤੀ ਹੋ ਗਈ, ਕਹਿੰਦੀ ਐਂ ਕਰ ਫਿਰ ਛੱਡਦੇ ਚੜ੍ਹਦੇ ਨੇ ਆ ਅੱਖ ਪੁਰ ਕੱਖ ਅੱਖ ਪਾਣੀ, ਜਿਹੜਾ ਕਿ ਮੇਰੇ ਬਾਤ ਵੱਜੋ ਰਾਜਾ ਮੈਂ ਰਾਣੀ, ਅੱਗੇ ਅੱਛਾ ਗਿਆ ਪੂਰੀ ਕੱਢ ਦੇਖ ਕੇ ਕੱਢ ਕੇ ਪੂਰੀ ਕਰ ਦਿਓ ਜੀ, ਕਹਿੰਦਾ ਅੱਖ ਪੁਰ ਕੱਖ ਕੱਖਰ ਪਾਣੀ, ਜਿਹੜਾ ਮੇਰੇ ਬਾਤ ਵਿੱਚ ਰਾਜਾ ਮੈਂ ਰਾਣੀ, ਕਹਿੰਦਾ ਹਾਂ ਤੂੰ ਮੇਰਾ ਹੋ ਗਿਆ, ਕਹਿੰਦਾ ਨਹੀਂ ਮੈਂ ਲਿਆਂਦਾ ਇੱਕ ਮੇਰੀ ਪੁੱਜਾ। ਅੱਛਾ ਕਹਿੰਦਾ ਦੱਸ, ਕਹਿੰਦਾ ਅਣ ਜੰਮੇ ਕਰੇ ਦੇ ਮੈਂ ਚੜ੍ਹਿਆ ਉੱਤੇ ਕਰੇ ਦੀ ਮਾਈ, ਬਾਪ ਮੇਰੇ ਨੂੰ ਭਾਣ ਲਾਇਆ, ਮਾਂ ਮੇਰੀ ਦਾ ਭਾਈ, ਮਾਂ ਮੇਰੇ ਦਾ ਭਾਈ, ਅਣ ਜੰਮੇ ਤੇ ਮੈਂ ਚੜ੍ਹਿਆ। ਅੱਛਾ ਅਣ ਜੰਮੀ ਕਰੇ ਤੇ ਮੈਂ ਚੜਿਆ ਉੱਤੇ ਕਰੇ ਦੀ ਮਾਈ, ਬਾਪ ਮੇਰੇ ਨੂੰ ਭਾਲ ਲੈਂਦਾ, ਮਾਂ ਮੇਰੀ ਦਾ ਭਾਈ। ਉਹ ਜਿਹੜਾ ਅਣਜੰਮੀ ਕੁੜੀ ਦੀ ਕੁੜੀ ਧੋਬੀ ਦੀ ਸੀ ਉਹ ਗੱਲ ਨਹੀਂ ਆਇਆ। ਅੱਛਾ ਉਹ ਨਹੀਂ, ਉਹ ਤਾਂ ਭਾਈ ਸਹਿਮ ਗਿਆ, ਕਹਿੰਦਾ ਦੱਸ ਫਿਰ, ਕਹਿੰਦਾ ਮੈਂ ਦੱਸਦਾ ਫਿਰ, ਕਹਿੰਦਾ ਦੱਸ ਫਿਰ, ਕਹਿੰਦਾ ਲਿਖਿਆ ਜਿਹਦਾ ਆਹ ਲਿਖਣਾ ਫੜ, ਲਿਖਿਆ ਨੇ ਵੀ
ਅੱਖ ਪਰ ਕੱਖ ਪਾਣੀ ਜਿਹੜਾ ਬਾਸ ਵੱਜੂ ਰਾਜਾ ਮੈਂ ਰਾਣੀ ਕਿਹਾ ਠੀਕ ਆ ਕਹਿੰਦਾ ਲੈ ਚੱਲ ਮੈਂ ਤੇਰੀ ਹਾਂ ਕਹਿੰਦਾ ਇਨਵੈਨ ਜਾਂਦਾ ਇੱਕ ਮੇਰੀ ਪੁੱਜ ਕਹਿੰਦੀ ਦੱਸ ਅਣ ਜੰਮੇ ਕਰੇ ਸੀ ਮੈਂ ਚੜਿਆ ਉੱਤੇ ਕਰੇ ਸੀ ਮਾਈ ਬਾਪ ਮੇਰੇ ਨੂੰ ਪਾਲ ਲਾਇਆ ਮਾਂ ਮੇਰੀ ਦਾ ਭਾਈ ਹੁਣ ਕਿਸ ਆਵੇ ਕਹਿੰਦੀ ਨਹੀਂ ਮੈਨੂੰ ਉਹਦੇ ਤੇਰੀ ਹੋ ਗਈ ਲੈ ਚੱਲ ਕਹਿ ਰਾਜਭਾਗ ਤੇਰਾ ਹੀ ਆ ਜਿਹੜਾ ਬਾਪ ਸੀਗਾ ਉਹ ਜੇਲ੍ਹ 'ਚ ਵੜਿਆ ਸੀ ਉੱਥੇ ਅੰਦਰ ਹਰ ਜਗ੍ਹਾ ਕੱਢ ਕੇ ਜੇਲ੍ਹ 'ਚੋਂ ਬਾਹਰ ਵੜਿਆ ਨਹੀਂ ਬਾਹ ਖੜੀ ਕਰਤੀ ਕਹਿੰਦਾ ਹੁਣ ਜੰਮੇ ਕਰੇ ਤਾਂ ਮੈਂ ਚੜਿਆ ਉੱਤੇ ਕਰੇ ਬਾਈ ਬਾਪ ਮੇਰੇ ਨੂੰ ਪਾ ਚਲਾਇਆ ਮਾਂ ਮੇਰੀ ਦਾ ਭਾਈ ਕਹਿੰਦਾ ਬਾਹ ਉਹ ਖੜੀ ਖੜੀ ਹੋਵੇ ਉਹਨੇ ਬਾਹ ਖੜੀ ਕਰਤੀ ਕਹਿੰਦਾ ਆ ਜਾ ਕਹਿੰਦੇ ਕਸ ਲੈ ਕਹਿੰਦਾ ਹਾਂ ਕਹਿੰਦਾ ਆ ਸਾਮ ਰਾਣੀ ਇਹ ਕਹਿੰਦਾ ਤੂੰ ਐਂ ਕਰ ਪੁੱਤ ਹੁਣ ਪਾਣੀ 'ਚ ਪੁੱਤ ਪਾਇਆ ਪਾਣੀ 'ਚ ਪੁੱਤ ਬਣ ਗਿਆ ਪਹਿਲਾਂ ਪਾਉਣ ਨੂੰ ਕਿਹੜਾ ਪਤਾ ਸੀਗਾ ਪਤਾ ਸੀ ਕਹਿ ਕਰ ਤੂੰ ਤਾਂ ਜਾ ਘਰੇ ਮੈਂ ਰਹਿਣਾ ਰਾਣੀ ਕੋਲ ਰਾਣੀ ਕੋਲ ਉਹ ਰਾਣੀ ਵਾਲਾ ਬਾਗ ਉਹਨੂੰ ਸਮਾਤਾ ਮੁੰਡਾ ਘਰੇ ਆ ਗਿਆ ਦੇਖੋ ਭੈਣ ਨਾਲ ਹੀ ਹੋਇਆ ਫਿਰ ਕੰਮ ਭੈਣ ਨਾਲ ਹੀ ਵਿਆਹ ਹੋ ਗਿਆ ਨਾਲੇ ਭਾਣ ਜਾ ਕਹਿਣਾ ਪਿਆ ਹਾਂ ਭਾਣ ਭਾਣ ਜਾ ਬਣਾਉਣਾ ਪਿਆ ਮੈਂ ਬਣ ਕੇ ਬਣ ਜਾ ਹਾਂ ਐਂ ਗੱਲ ਆ ਭਾਈ ਬਹੁਤ ਵੱਡੀ ਗੱਲ ਹੈ ਬਹੁਤ ਬਹੁਤ ਧੰਨਵਾਦ ਜੀ